ਸਹੀ ਲਾਇਆ ਪਰ ਬੋੜੀ ਦੀ ਹੱਥੇ ਲਾਇਆ ਮਿਲ ਗਈ ਹੁੰਦੀ ਹਾਂ ਤਾਂ ਤੇ ਇੱਕ ਦੋ ਸ਼ੀਸ਼ਾ ਦੇ ਤਾਂ ਤੇ ਜਲਣ ਪੈ ਤੇ ਹੱਥ ਹੀ ਰਿਹਾ ਤੇ ਹੋਇਆ ਕੀ ਹੈ ਇਸ ਲੱਤ ਨੂੰ ਇਹ ਜਿਹੜਾ ਆਪਣਾ ਤਸ਼ਬਾਹ ਆ ਕੇ ਤੇ ਸਾਰੇ ਆਪਣਾ ਸ਼ਬਾਦ ਆਹੋ ਦੇਖੋ ਵੇਖ ਤਬੀਅਤ ਖਰਾਬ ਹੋ ਗਈ ਸੀ ਅੱਛਾ ਫਿਰ ਉਹ ਗਏ ਦਵਾਈ ਲੈਣ ਅੱਛਾ ਦੇਖੋ ਲੱਗ ਗਿਆ ਵੀ ਟੀਕਾ ਅੱਛਾ ਟੀਕਾ ਲੱਗ ਗਿਆ ਵੀ ਪੱਠੇ ਦੇ ਵਿੱਚ ਕੋਈ ਦਿਮਾਗ ਦਾ ਪੱਠਾ ਹੁੰਦਾ ਉਹਦੇ ਵਿੱਚ ਲੱਗ ਗਿਆ ਰੁਕ ਗਿਆ ਅਤੇ ਉਹ ਰੁਕ ਗਿਆ ਹੁਣ ਜੇ ਕੋਈ ਡਾਕਟਰ ਹੋਵੇ ਜੇ ਕੋਈ ਪਤਾ ਕੀਤਾ ਉਹਨੇ ਕਿਹਾ ਇਹ ਜਿਹੜਾ ਕਿਸਮਤ ਆ ਗਿਆ ਜਿਹਦੇ ਚੱਲ ਜਾ ਰਹੇ ਬਗੈਰ ਦਰਦੇ ਤੇ ਰਹਿਣੀ ਜਿਹੜਾ ਰਹਿਣੀ ਜਿਹੜੇ ਟੀਕੇ ਦਾ ਅਸਰ ਆ ਕਹਿੰਦਾ ਸ਼ੁਕਰ ਹੈ ਤੇਰੇ ਉਹਨੇ ਟੀਕਾ ਬਾਜ਼ੂ ਤੇ ਲਾਤ ਨਹੀਂ ਦਿੱਤਾ ਦਿਮਾਗ ਨੂੰ ਅਸਰ ਪੈਣਾ ਸੀ 10,000 ਅਤੇ ਇਲਾਜ ਦੀ ਇੱਕੋ ਕਰਾਉਣਾ ਸੀਗਾ ਤੁਸੀਂ ਗਲਤੀ ਕੀਤੀ ਪਰਚਾ ਹੀ ਨਹੀਂ ਕਰਾਇਆ ਪਰਚਾ ਬਸ ਉੱਦਾਂ ਕਰੋ ਕਿ ਮਾੜੇ ਘਰ ਦੇ ਕੇ ਜਿਹੜੇ ਇੱਥੇ ਲਾਉਣੇ ਉਹ ਲੱਤ ਲਾਓਗੇ ਇੱਥੇ ਧੱਕੇ ਹੋ ਦਾਰੀ ਗਲੇ ਇੱਥੇ ਲਾਉਣੇ ਉਹ ਗਾਹ ਵੀ ਲੱਗਣੇ ਆ ਥਾਣੇ ਕਹਿ ਰਹੀ ਤੁਹਾਨੂੰ ਪਤਾ ਫਿਰ ਜੇ ਕੋਈ ਮਾਲ ਉਹਦੀ ਸੁਣਦੇ ਆ ਨਹੀਂ ਨਹੀਂ ਇੱਦਾਂ ਦੇ ਕੰਮ ਹੋ ਜਾਂਦੇ ਹੁੰਦੇ ਆ ਇੱਦਾਂ ਦੇ ਬੰਦੇ ਮੈਨੂੰ ਪਤਾ ਲੱਗਾ ਮੈਨੂੰ ਨਹੀਂ ਪਤਾ ਤੂੰ ਆ ਅਤੇ ਕਿੱਦਾਂ ਕੋਈ ਗੁਜ਼ਾਰਾ ਗੁਜ਼ਾਰਾ ਕਿੱਦਾਂ ਫਿਰ ਇਸ ਵੇਲੇ ਬਸ ਇੱਦਾਂ ਹੀ ਆ ਕਿ ਆਪਣੇ ਰਿਸ਼ਤੇਦਾਰ ਭੈਣ ਭਰਾ ਵੀ ਆਂਢ ਗੁਆਂਢ ਆਪਣੇ ਬਥੇਰਾ ਪਈ ਕਰਦੇ ਆ ਵੀ ਕਿ ਜੋ ਵੇਖਦੇ ਵੀ ਨਹੀਂ ਆ ਮਾੜਾ ਮੋਟਾ ਤਾਂ ਕਰ ਜਾਂਦੇ ਆ ਕੀ ਵੀ ਹੈ ਵਾ ਚੱਲ ਯਾਰ ਅੱਲਾਹ ਤਾਲਾ ਤੇਲੀ ਸਾਨੀ ਪੈਦਾ ਕਰੇ ਅਸੀਂ ਇਨਸ਼ਾਅੱਲਾ ਗਾਂ ਵੀ ਤੇਰੇ ਨਾਲ ਫਿਰ ਸਿਲਸਿਲਾ ਬਣਾਵਾਂਗੇ ਜੇ ਅੱਲਾਹ ਤਾਲਾ ਨੇ ਤੈਨੂੰ ਹੋਰ ਟ੍ਰੀਟਮੈਂਟ ਦਾ ਕੋਈ ਹੋਇਆ ਪੁੱਛ ਕੇ ਦੱਸ ਦੇ ਤੈਨੂੰ ਉਹ ਮੈਂ ਤੈਨੂੰ ਨਾ ਨੰਬਰ ਲੈ ਕੇ ਦਊਂਗਾ ਨੰਬਰ ਕੀ ਉਹਦੇ ਕੋਲ ਸਾਰਾ ਐਡਰੈਸ ਲਿਖਾ ਕੇ ਨਾ ਤੇ ਮੈਂ ਤੇਰਾ ਕਰੂੰਗਾ ਰਾਤਾ ਫਿਰ ਉੱਥੇ ਚੱਲ ਜਾਈਂਗੇ ਉਹ ਫੀਸ ਵੀ ਥੋੜ੍ਹੀ ਆ ਅੱਲਾਹ ਤਾਲਾ ਮਾਫ਼ ਕਰੇ ਯਾਰ ਡਾਕਟਰਾਂ ਨੇ